ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀ ਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਨੀਤ ਕਪੂਰ। ਹੁਸ਼ਿਆਰਪੁਰ ਦੀ ਸਿੱਧੀਆਂ ਤਸਵੀਰਾਂ ਵਿਖਾਉਂਦੇ ਹਾਂ, ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਜਿਸ ਢੰਗ ਦੇ ਨਾਲ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ, ਅਨੀਤਾ ਸੋਮ ਪ੍ਰਕਾਸ਼ ਜਿਹੜੇ ਨੇ ਉਹ ਚੋਣ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ। ਔਰ ਪੰਜਾਬ ਦੀ ਜੇਕਰ ਗੱਲ ਕਰੀਏ, ਪੰਜਾਬ ਦੇ ਵਿੱਚ ਜਿਸ ਢੰਗ ਦੇ ਨਾਲ ਆਖਰੀ ਦੌਰ ਦੇ ਵਿੱਚ ਆ ਚੋਣ ਪ੍ਰਚਾਰ ਜਾਂਦਾ ਹੋਇਆ ਨਜ਼ਰ ਆ ਰਿਹਾ, ਅਨੀਤਾ ਸੋਮ ਪ੍ਰਕਾਸ਼ ਜਿਹੜੇ ਨੇ ਇੱਥੋਂ ਕੈਂਡੀਡੇਟ ਦੀਆਂ ਗੱਲਬਾਤ ਵੀ ਕਰਾਂਗੇ। ਮੈਮ, ਲਗਾਤਾਰ ਪਿੰਡਾਂ ਦੇ ਵਿੱਚ ਜਾ ਰਹੇ ਹੋ, ਸ਼ਹਿਰਾਂ ਦੇ ਵਿੱਚ ਜਾ ਰਹੇ ਹੋ, ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ? ਬਹੁਤ ਅੱਛਾ ਹੁੰਗਾਰਾ ਹੈ। ਸ਼ਹਿਰ ਦੇ ਵਿੱਚ 9 ਹਲਕਿਆਂ ਦੇ ਵਿੱਚ ਮੈਂ ਜਾ ਰਹੀ ਹਾਂ ਔਰ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਆ ਮੋਦੀ ਜੀ ਨੂੰ ਲੈ ਕੇ, ਦੇਸ਼ ਦੀ ਤਰੱਕੀ ਨੂੰ ਲੈ ਕੇ। ਔਰ ਸਾਰੇ ਕਹਿੰਦੇ ਆ ਕਿ ਸਾਨੂੰ ਦੇਸ਼ ਦੀ ਤਰੱਕੀ ਚਾਹੀਦੀ ਹੈ ਔਰ ਜੈ ਸ਼੍ਰੀ ਰਾਮ ਦੇ ਜੈਕਾਰੇ ਨੂੰ ਲੈ ਕੇ ਲੋਕਾਂ 'ਚ ਬਹੁਤ ਉਤਸ਼ਾਹ ਆ। ਮੈਮ, ਮੈਂ ਤੁਹਾਨੂੰ ਸੁਣ ਰਿਹਾ ਸੀ ਸਪੀਚ ਦੇ ਵਿੱਚ ਕਿ ਤੁਸੀਂ ਪਹਿਲਾਂ ਵੀ ਸਮਾਜ ਸੇਵਿਕਾ ਦੇ ਤੌਰ 'ਤੇ ਲੋਕਾਂ ਦੇ ਵਿਚਰਦੇ ਰਹੇ ਹੋ, ਇਸ ਵਾਰ ਕੀ ਵਿਜ਼ਨ ਲੈ ਕੇ ਆਏ ਹੋ ਇੱਥੇ ਦੇ ਲੋਕਾਂ ਲਈ, ਕੀ ਤੁਹਾਡਾ ਵਿਜ਼ਨ ਹੈ? ਹਾਲਾਂਕਿ ਤੁਹਾਡੇ ਪਤੀ ਦੇਵ ਜਿਹੜੇ ਨੇ ਉਹ ਮੰਤਰੀ ਰਹੇ ਨੇ, ਉਹਨਾਂ ਨੇ ਕਈ ਪ੍ਰੋਜੈਕਟ ਇੱਥੇ ਲੈ ਕੇ ਆਏ, ਲੇਕਿਨ ਤੁਹਾਡਾ ਆਪਣਾ ਕੀ ਵਿਜ਼ਨ ਹੈ ਇਸ ਹਲਕੇ ਲਈ? ਮੈਂ ਕਦੀ ਵੀ ਆਪਣੇ ਜਿਹੜੇ ਮੁੱਦੇ ਆ ਪਬਲਿਕ ਨੂੰ ਨਹੀਂ ਦੱਸਦੀ। ਇਲੈਕਸ਼ਨ ਲੜਨੀ ਹੈ, ਇਹਨਾਂ ਦੇ ਵਿੱਚ ਆ ਕੇ ਬੈਠਣਾ ਆ, ਇਹਨਾਂ ਨੂੰ ਪੁੱਛਣਾ ਕਿ ਤੁਹਾਡੇ ਮੁੱਦੇ ਕੀ ਹੈ। ਮੇਰੇ ਤਾਂ ਕੁਛ ਵੀ ਨਹੀਂ ਹੋ ਸਕਦੇ, ਮੈਂ ਤਾਂ ਹਲਕੇ 'ਚ ਆਈ ਹਾਂ। ਔਰ ਦੱਸਣਾ ਇਹਨਾਂ ਨੇ ਹੈ, ਜੋ ਦੱਸੂਗੇ ਉਹ ਕਰਨਾ ਹੈ। ਯਾਨੀ ਇਹਨਾਂ ਦੀ ਰਾਏ ਹੋਏਗੀ ਔਰ ਇਹਨਾਂ ਦੇ ਹੀ ਮਸਲੇ ਹੋਣਗੇ ਜਿਹੜੇ ਹੱਲ ਹੋਣ ਦੇ ਨਜ਼ਰ ਆਣਗੇ, ਲੇਕਿਨ ਆਪਣਾ ਕੋਈ ਰੋਡ ਮੈਪ ਨਹੀਂ ਹਜੇ ਤੱਕ ਕੀ ਕੁਛ ਲੈ ਕੇ ਜਾ ਰਹੇ ਹੋ? ਨਹੀਂ, ਸੋਮ ਪ੍ਰਕਾਸ਼ ਜੀ ਨੇ ਬਹੁਤ ਕੰਮ ਕੀਤੇ ਆ ਹਲਕੇ ਦੇ ਲਈ ਔਰ ਉਹਨਾਂ ਕੰਮਾਂ ਨੂੰ ਲੈ ਕੇ ਔਰ ਦੇਸ਼ ਦੇ ਕੰਮਾਂ ਨੂੰ ਲੈ ਕੇ ਜਿਹੜੇ ਮੋਦੀ ਜੀ ਨੇ ਕੀਤੇ ਆ ਉਹਨਾਂ ਨੂੰ ਲੈ ਕੇ ਪਬਲਿਕ ਵਿੱਚ ਜਾ ਰਹੀ ਹਾਂ। ਆਉਣ ਵਾਲੇ ਸਮੇਂ 'ਚ ਤਾਂ ਲੋਕ ਆਪੇ ਹੀ ਕਹੀ ਜਾਂਦੇ ਜੀ ਕੰਮ ਬਾਅਦ 'ਚ ਦੱਸਾਂਗੇ, ਪਹਿਲਾਂ ਅਸੀਂ ਬਲਕਿ ਮੋਦੀ ਜੀ ਨੂੰ ਵੋਟ ਪਾ ਦੇਈਏ, ਉਹਨਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਲਈਏ, ਕੰਮ ਅਸੀਂ ਸਾਰੇ ਬਾਅਦ 'ਚ ਕਰਾ ਲਾਂਗੇ। ਵਿਰੋਧੀਆਂ ਦੀ ਚੁਣੌਤੀ ਨੂੰ ਕਿੱਦਾਂ ਦੇਖਦੇ ਹੋ? ਅਰਵਿੰਦ ਕੇਜਰੀਵਾਲ ਸਾਹਿਬ ਰੋਡ ਸ਼ੋਅ ਕੱਢਦੇ ਨਜ਼ਰ ਆ ਰਹੇ ਨੇ, ਭਗਵੰਤ ਮਾਨ ਸਾਹਿਬ ਰੋਡ ਸ਼ੋਅ ਕੱਢਦੇ ਨਜ਼ਰ ਆ ਰਹੇ ਨੇ, ਚੱਬੇਵਾਲ ਇੱਥੋਂ ਚੋਣ ਲੜਦੇ ਨਜ਼ਰ ਆ ਰਹੇ ਨੇ ਤੁਹਾਡੇ ਅਗੇਂਸਟ, ਹਾਲਾਂਕਿ ਕੁਛ ਸਮਾਂ ਤੱਕ ਕਾਂਗਰਸ ਦੇ ਸੀ ਲੇਕਿਨ ਹੁਣ ਆਮ ਆਦਮੀ ਪਾਰਟੀ ਦੇ ਹੋ ਗਏ। ਦੇਖੋ, ਮੈਂ ਕਿਸੇ ਦੇ ਬਾਰੇ ਕੁਛ ਨਹੀਂ ਬੋਲਦੀ, ਮੈਂ ਹਮੇਸ਼ਾ ਹੀ ਚੁਣੌਤੀ ਕੋਈ ਨਹੀਂ ਹੈ, ਪਰਮਾਤਮਾ ਦਾ ਨਾਂ ਲੈ ਕੇ ਘਰੋਂ ਨਿਕਲੀਦਾ ਆ ਔਰ ਆਪਣੇ ਕੰਮਾਂ ਬਾਰੇ ਜਦੋਂ ਪਬਲਿਕ ਨੂੰ ਦੱਸੀਦਾ, ਮੋਦੀ ਜੀ ਦੇ ਕੰਮਾਂ ਬਾਰੇ ਦੱਸੀਦਾ ਆ, ਲੋਕ ਖੁਸ਼ ਹੁੰਦੇ ਆ ਸੁਣ ਕੇ, ਮੋਦੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਤਿਆਰ ਬੈਠੇ ਆ, ਤੇ ਚੁਣੌਤੀ ਕਿਸ ਗੱਲ ਦੀ ਆ? ਕੋਈ ਚੁਣੌਤੀ ਨਹੀਂ ਹੈ। ਇਹਨਾਂ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਲੋਕਾਂ ਦੇ ਵਿਚਾਲੇ ਜਾਵਾਂਗੇ, ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਨੇ ਉਸ ਦੇ ਆਧਾਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਕੀਤੇ ਜਾਣਗੇ। ਤੁਹਾਨੂੰ ਤਸਵੀਰਾਂ ਵੀ ਵਿਖਾ ਦੇਣੇ ਆ ਜਿਸ ਢੰਗ ਦੇ ਨਾਲ ਇੱਥੇ ਤਸਵੀਰਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇ, ਕਿਉਂਕਿ ਲੋਕ ਜਿਹੜੇ ਨੇ ਉਹ ਵੀ ਇੱਥੇ ਜਿਹੜੇ ਕੈਂਡੀਡੇਟ ਆ ਰਹੇ ਨੇ ਉਹਨਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ, ਲੋਕਾਂ ਨਾਲ ਵੀ ਗੱਲਬਾਤ ਕਰ ਲੈਣਾ। ਕਿਹੜੇ ਮਸਲੇ ਆ ਜੀ ਤੁਹਾਡੇ ਪਿੰਡ ਦੇ? ਮਸਲਿਆਂ ਦੀ ਜੇਕਰ ਗੱਲ ਕਰੀਏ, ਕਿਸ ਤਰ੍ਹਾਂ ਦੇ ਮਸਲੇ ਆ ਤੁਹਾਡੇ ਪਿੰਡਾਂ ਦੇ? ਸਾਰੇ, ਇੱਕ ਤਾਂ ਲਾਈਟ ਬਹੁਤ ਜਾਂਦੀ ਆ ਤੇ ਬਾਕੀ ਲਾਈਟ ਤੋਂ ਤਾਂ ਜ਼ਿਆਦਾ ਕੁ ਪਰੇਸ਼ਾਨ ਹੈਗੇ ਆ। ਲਾਈਟ ਤੋਂ ਜ਼ਿਆਦਾ ਪਰੇਸ਼ਾਨ ਹੋਏ, ਗਰਮੀ ਦਾ ਦਿਹਾੜਾ ਔਰ ਗਰਮੀ ਦੇ ਵਿੱਚ। ਹਾਂਜੀ, ਤੇ ਬਾਕੀ ਮਿਡੇ ਮੀਲ ਦਾ ਅਸੀਂ ਬੱਚਿਆਂ ਦਾ ਖਾਣਾ ਬਣਾਉਂਦੇ, ਸਾਡੀ ਤਨਖਾਹ ਵੀ ਵਧਾਵੇ ਦਿੱਤੀ ਜਾਵੇ, ਹੈ ਨਾ, ਕਿਉਂਕਿ ਬਾਕੀਆਂ ਦੇ 70-70 ਹਜ਼ਾਰ ਰੁਪਈਆ ਆ, ਕਿਉਂਕਿ ਇੰਨੀ ਗਰਮੀ ਦੇ ਵਿੱਚ ਤਾਂ ਘਰ ਦੀਆਂ 2 ਰੋਟੀਆਂ ਨਹੀਂ ਪੱਕਦੀਆਂ, ਇੰਨੇ ਬੱਚਿਆਂ ਦਾ ਅਸੀਂ ਖਾਣਾ ਬਣਾਉਂਦੇ ਆ। ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਉੱਥੇ ਕੰਮ ਕਰਦੇ ਸਕੂਲ ਵਿੱਚ ਮਿਡੇ ਮੀਲ ਦਾ। ਤੇ ਇਸ ਵਾਰ ਕਿਸ ਨੂੰ ਵੋਟ ਦੇਣ ਦੀ ਮਨ ਬਣਾਇਆ? ਕਿਉਂਕਿ ਸੈਂਟਰ ਦੇ ਚੋਣ ਹੈ, ਸੈਂਟਰ ਦੇ ਚੋਣ ਦੇ ਵਿੱਚ ਸੈਂਟਰ ਦੇ ਮਸਲੇ ਹਾਵੀ ਹੁੰਦੇ ਨਜ਼ਰ ਆਉਂਦੇ ਨੇ, ਤੁਹਾਡਾ ਮਨ ਕੀ ਕਹਿੰਦਾ ਨਜ਼ਰ ਆਉਂਦਾ? ਨਹੀਂ, ਵੋਟ ਤਾਂ ਅਸੀਂ ਮੋਦੀ ਸਰਕਾਰ ਨੂੰ ਪਾਵਾਂਗੇ, ਪਰ ਸਾਡੇ ਵੀ ਮਸਲੇ ਹੱਲ ਕਰਨਾ ਨਾ, ਵਧੀਆ ਕੰਮ ਕਰਾਉਣ ਸਾਡਾ। ਤੁਹਾਡਾ ਕੀ ਕਹਿਣਾ? ਸਰ, ਸਾਡੇ ਕਾਰਡ ਨਹੀਂ ਬਣਦੇ ਨੀਲੇ, ਕਿੰਨੀ ਵਾਰੀ ਅਸੀਂ ਭਰੇ ਆ, ਸਾਡੇ ਕਾਰਡ ਨਹੀਂ ਬਣਿਆ, ਸਾਡੇ ਵੀ ਨਹੀਂ ਬਣੇ। ਹਾਂਜੀ, ਕਾਰਡ ਦਾ ਵੱਡਾ ਮਸਲਾ, ਨੀਲੇ ਕਾਰਡ ਨਹੀਂ ਬਣਦੇ, ਦਾੜੇ ਮਿਲਦੇ ਨਹੀਂ। ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਅਸੀਂ ਕਾਰਡ ਬਣਾਤੇ, ਅਸੀਂ
ਕੀ ਸੋਚਿਆ ਇਸ ਵਾਰ ਕਿਸ ਨੂੰ ਵੋਟ ਦੇਣ ਦੀ ਮਨਸ਼ਾ? ਮੋਦੀ ਨੂੰ ਤਾਂ ਕੋਈ ਗੱਲ ਨਹੀਂ, ਵੋਟ ਤਾਂ ਮੋਦੀ ਨੂੰ ਪਾ ਦੇਵਾਂਗੇ, ਪਰ ਸਾਡੇ ਦਾਣਿਆਂ ਦੇ ਨਾ ਆਉਣੇ ਚਾਹੀਦੇ ਵਿੱਚ, ਕਾਟਾਂ ਦੇ, ਬੱਚਿਆਂ ਦੇ। ਯਾਨੀ ਦੇਖੋ ਵੱਖ ਵੱਖ ਮਸਲੇ ਨੇ, ਵੱਖ ਵੱਖ ਮਸਲੇ ਨੇ। ਹਾਂਜੀ ਭਾਈ, ਕੀ ਕਹਿੰਦੇ ਆ? ਮਤਲਬ ਕਿ ਮਸਲਾ ਸਾਡਾ ਕੀ ਆ? ਉਹ ਪ੍ਰਧਾਨ ਮੰਤਰੀ ਬਣਾਉਣਾ ਆਪਣਾ ਨਰਿੰਦਰ ਮੋਦੀ ਜੀ, ਵੋਟ ਕਰਦੇ ਹੋਏ ਨਜ਼ਰ ਆਣਗੇ। ਵੇਖਣ ਵਾਲੀ ਗੱਲ ਰਹੇਗੀ ਕਿ ਜਿਸ ਢੰਗ ਦੇ ਨਾਲ ਅਨੀਤਾ ਸੋਮ ਪ੍ਰਕਾਸ਼ ਜਿਹੜੇ ਨੇ ਪ੍ਰਚਾਰ ਕਰਦੇ ਨਜ਼ਰ ਆਏ, ਵੱਡਾ ਹੁੰਗਾਰਾ ਇਹਨਾਂ ਨੂੰ ਮਿਲਦਾ ਨਜ਼ਰ ਆ ਰਿਹਾ, ਤੇ ਆਹ ਹੁੰਗਾਰਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੀਟ ਦੇ ਉੱਪਰ ਜਿਹੜੇ ਰਿਜ਼ਲਟ ਆਣਗੇ ਉਸ ਦੇ ਵਿੱਚ ਕੀ ਨਵਾਂ ਦਿਖਾਉਂਦਾ ਹੋਇਆ ਨਜ਼ਰ ਆਊਗਾ। ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਹੁਸ਼ਿਆਰਪੁਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।